ਅਸਲਾਮ ਵਾਲੇਕਮ ਜੀ, ਵੇਖੋ ਪੰਜਾਬ ਚੈਨਲ 'ਤੇ ਜੀਆਂ ਨੂੰ ਸੁਣਿਓ, ਜਿਉਂਦੇ ਵਾਸਤੇ ਰਹੋ। ਅੱਜ ਮੈਂ ਤੁਹਾਨੂੰ ਅਦਾਕਾਰ ਸੁਲਤਾਨ ਰਾਜ ਸਾਹਿਬ ਦੀ ਫਿਲਮ ਦਾ ਇੱਕ ਅਜਿਹਾ ਸੀਨ ਤੁਹਾਡੇ ਨਾਲ ਜਿਹੜਾ ਸਾਂਝਾ ਕਰਨ ਲੱਗਾ ਕਿ ਜਿਹੜਾ ਮੇਰਾ ਆਪਣਾ ਮੇਰੀ ਸਮਝ ਲਓ ਕਿ ਜਿੰਨੀਆਂ ਵੀ ਅੱਜ ਤੱਕ ਮੈਂ ਫਿਲਮਾਂ ਵੇਖੀਆਂ ਨੇ ਰਾਜ ਸਾਹਿਬ ਦੀਆਂ, ਉਹਨਾਂ ਦਾ ਉਹ ਬਿਹਤਰੀਨ ਅਗਰ ਮੈਨੂੰ ਕੋਈ ਸੀਨ ਲੱਗਦਾ ਤਾਂ ਇਹ ਸੀਨ ਲੱਗਦਾ, ਜਿਹਦੇ ਵਿੱਚ ਅਫਜ਼ਾਲ ਅਹਿਮਦ ਸਾਹਿਬ ਵੀ ਇਹਨਾਂ ਦੇ ਨਾਲ ਨੇ, ਐਸੇ ਐਸੇ ਸੋਹਣੇ ਡਾਇਲੋਗ ਕਮਾਲ ਕਰ ਦਿੱਤੀ ਹੈ ਯਾਰ। ਮੈਂ ਕਹਿੰਦਾ ਅਗਰ ਤੁਸੀਂ ਇਹ ਨਹੀਂ ਵੇਖਿਆ ਤਾਂ ਸਮਝੋ ਤੁਸੀਂ ਸੁਲਤਾਨ ਰਾਜ ਸਾਹਿਬ ਦੇ ਫੈਨ ਨਹੀਂ ਹੈ। ਲਓ ਫਿਰ ਉਹ ਸੀਨ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਵਾ। ਉਸ ਤੋਂ ਪਹਿਲੇ ਸੁਣਿਓ, ਜੇ ਚੈਨਲ 'ਤੇ ਨਵੇਂ ਹੋ ਤਾਂ ਮੁਹੱਬਤਾਂ ਨਾਲ ਸਬਸਕ੍ਰਾਈਬ ਕਰੋ ਤਾਂ ਕਿ ਇਸ ਤਰ੍ਹਾਂ ਦਾ ਦੇਸੀ ਚੈਨਲ ਜਿਹੜਾ ਨਾ ਤੁਹਾਡੇ ਵਾਸਤੇ ਆ ਵੀਡੀਓ ਹੋਰ ਇਸ ਤਰ੍ਹਾਂ ਦੀਆਂ ਸਾਦਾ ਲਿਆਉਂਦਾ ਰਹੇ ਅਤੇ ਤੁਸੀਂ ਜਨਾਬ ਵੈਲੀ ਇੰਜੋਏ ਕਰਦੇ ਰਹੋ। ਆਓ ਤੁਹਾਨੂੰ ਫਿਲਮ ਵੀ ਦੱਸਣਾ ਵਾ, ਸੀਨ ਵੀ ਦੱਸਦਾ, ਕਿਹੜੇ ਸਨ ਫਿਲਮ ਆਈ ਸਾਰਾ ਵੇਰਵੇ ਨਾਲ ਤੁਹਾਨੂੰ ਦੱਸਣਾ ਜੀ। ਸੋਹਣੇ ਉਹ 70 ਦੀ ਦਹਾਈ ਚੱਲ ਰਹੀ ਹੈ ਅਤੇ ਇਸ ਦਹਾਈ ਦੇ ਵਿਚਕਾਰੋਂ ਇੱਕ ਐਸੀ ਫਿਲਮ ਆਈ ਕਿ ਜਿਹਨੇ ਪਾਕਿਸਤਾਨ ਫਿਲਮ ਇੰਡਸਟਰੀ ਦੇ ਰੁੱਖ ਮੋੜ ਦਿੱਤੇ, ਪਾਸੇ ਪਰਤ ਦਿੱਤੇ ਕਿ ਤਬਾਹੀਆਂ ਲੱਗ ਗਈਆਂ। ਫਿਰ ਐਸੀਆਂ ਐਸੀਆਂ ਸ਼ਾਨਦਾਰ ਫਿਲਮਾਂ ਆਈਆਂ ਰਾਈ ਸਾਹਿਬ ਦੀਆਂ, ਬਹਿਜਾ ਬਹਿਜਾ ਹੋ ਗਈ ਕਿ ਜਿੱਥੇ ਸੁਲਤਾਨ ਰਾਈ ਆਪਣੀ ਇੱਕ ਦੁਸ਼ਮਣ ਉਹਦਾ ਦੁਸ਼ਮਣ ਹੁੰਦਾ, ਉਹਦੀ ਭੈਣ ਨੂੰ ਚੁੱਕ ਲਿਆਉਂਦਾ ਅਤੇ ਜਦੋਂ ਚੁੱਕ ਲਿਆਉਂਦਾ ਨਾ ਆਪਣੇ ਡੇਰੇ 'ਤੇ ਲੈ ਆਉਂਦਾ, ਘੋੜੇ 'ਤੇ ਬਿਠਾ ਕੇ ਲਿਆ ਕੇ ਸੁੱਟਦਾ ਅਤੇ ਉਹਨੂੰ ਜਨਾਬ ਵਾਲੀ ਮਾਰਨ ਲੱਗਦਾ। ਉਹਦੇ ਨਾਲ ਖੇਡ ਰਿਹਾ, ਹੱਸ ਰਿਹਾ, ਉਹ ਅੱਗੇ ਦੌੜ ਰਹੀ ਹੈ, ਭੱਜ ਰਹੀ ਘਰ ਦੇ ਵਿੱਚ। ਇੰਨੀ ਦੇਰ ਨੂੰ ਪਿੱਛੇ ਜਿਹੜਾ ਨਾ ਉਹ ਅਫਜ਼ਾਲ ਅਹਿਮਦ ਆ ਜਾਂਦਾ ਜਿਹੜਾ ਕਿ ਰਾਈ ਸਾਹਿਬ ਦਾ ਯਾਰ ਹੁੰਦਾ। ਜਦੋਂ ਉਹ ਆਉਂਦਾ ਨਾ ਤੇ ਪਿੱਛੇ ਇੱਕ ਪਾਸੇ ਸੁਲਤਾਨ ਹੈ ਜਿਹੜਾ ਨਾ ਹੱਸ ਰਿਹਾ ਕਿ ਦੁਸ਼ਮਣ ਦੀ ਭੈਣ ਨੂੰ ਚੁੱਕ ਕੇ ਆਉਂਦਾ, ਠੀਕ ਹੈ ਕਿ ਮੈਂ ਅੱਜ ਬਦਲੇ ਲਵਾਂਗਾ ਸਾਰੇ ਗਿਣ ਗਿਣ ਕੇ। ਦੂਸਰੇ ਪਾਸੇ ਉਹ ਵਿਚਾਰੀ ਦੌੜ ਰਹੀ ਹੈ, ਭੱਜ ਰਹੀ ਹੈ, ਜਾਨ ਬਚਾ ਰਹੀ, ਇੱਜ਼ਤ ਬਚਾ ਰਹੀ ਉਹਦੇ ਕੋਲ। ਤੇ ਤੀਸਰੇ ਪਾਸੇ ਅਫਜ਼ਾਲ ਅਹਿਮਦ ਸੁਲਤਾਨ ਰਾਈ ਸਾਹਿਬ ਦਾ ਜਿਹੜਾ ਯਾਰ ਹੁੰਦਾ ਉਹ ਆ ਜਾਂਦਾ। ਫਿਰ ਜਦੋਂ ਉਹ ਬੂਹਾ ਖੁੱਲਦਾ ਨਾ ਤੇ ਐਸਾ ਜਨਾਬ ਅਲੀ ਕਮਾਲ ਜਿਹੜਾ ਉਹ ਪਿੱਛੇ ਕੀ ਕਹਿੰਦੇ ਨੇ ਬੈਕਗਰਾਉਂਡ ਮਿਊਜ਼ਿਕ, ਇੱਥੇ ਯਕੀਨ ਕਰੋ ਜਾਨ ਕੱਢ ਲੈਂਦਾ। ਮੈਂ ਪਤਾ ਨਹੀਂ ਕਿੰਨੀ ਵਾਰੀ ਆ ਸੀਨ ਵੇਖਿਆ ਤੇ ਜੀ ਕਰਦਾ ਇਹਨੂੰ ਮੈਂ ਵਹਿੰਦਾ ਹੀ ਰਵਾਂ ਇਸ ਸੀਨ ਨੂੰ ਕਿ ਮੇਰੇ ਲੂੰਹ ਕੰਡੇ ਖਲੋ ਜਾਂਦੇ ਆ ਸੀਨ ਵੇਖ। ਤੂੰ ਤੇ ਉਹ ਜੱਟ ਜਿਹਨੂੰ ਆਉਂਦਿਆਂ ਵੇਖ ਕੇ ਜਵਾਨ ਕੁੜੀਆਂ ਫਿਰ ਕੱਜ ਕੇ ਰੁਕਾ ਤੇ ਹੋਲੇ ਹੋ ਜਾ। ਜਦੋਂ ਸੁਲਤਾਨ ਰਹੀ ਮੌਲੇ ਦਾ ਕਿਰਦਾਰ ਕਰ ਰਿਹਾ, ਅਫਜ਼ਾਲ ਅਹਿਮਦ ਜਿਹੜਾ ਉਹ ਰੋਸ਼ਨ ਦਾ ਕਿਰਦਾਰ ਕਰ ਰਿਹਾ ਤੇ ਚੁੱਕ ਕੇ ਜਿਹੜੀ ਆਪਣੇ ਦੁਸ਼ਮਣ ਦੀ ਭੈਣ ਨੂੰ ਲਿਆਉਂਦੇ ਨੇ ਉਹ ਅਦਾਕਾਰਾ ਗਜ਼ਾਲਾ ਹੁੰਦੀ ਹੈ ਜਿਹੜੀ ਕਿ ਮਲਕਾਨੀ ਦਾ ਰੋਲ ਕਰ ਰਹੀ ਹੈ। ਇਹ ਫਿਲਮ ਹੈ ਸੋਹਣਿਓ ਵੈਸ਼ੀ ਜੱਟ, ਜਿੱਥੇ ਸੁਲਤਾਨ ਰਹੀ ਕਹਿੰਦਾ ਵੇਖੇ ਨਾ ਮਲਕਾਨੀ ਹੈ ਦੁਸ਼ਮਣਾਂ ਦੀ ਕਿਸੇ ਸ਼ਹਿਰ ਨੂੰ ਚੁੱਕਣਾ ਹੋਏ ਤੇ ਆਸਰਾ ਚੁੱਕੀ ਦੀ ਹੈ, ਜਿਵੇਂ ਮੌਲੇ ਨੇ ਤੈਨੂੰ ਚੁੱਕਿਆ ਤੇ ਉਹ ਅੱਗੋਂ ਮਲਕਾਣੀ ਕੀ ਆਉਂਦੀ ਹੈ ਵਾਲਾ ਤੂੰ ਮੈਨੂੰ ਨਹੀਂ ਆਪਣੀ ਮੌਤ ਨੂੰ ਚੁੱਕ ਲਿਆ ਹੈ। ਅੱਗੋਂ ਮੌਲਾ ਕਹਿੰਦਾ ਮੌਤ ਤੇ ਮੇਰੇ ਗੰਡਾਸੇ ਦਾ ਦੂਜਾ ਨਾਂ ਹੈ। ਉੱਥੇ ਫਿਰ ਉਹ ਮੌਲਾ ਜੱਟ ਜਿਹੜਾ ਉਹ ਜਨਾਬ ਅਲੀ ਸੁਲਤਾਨ ਰਹੀ ਮਾਰ ਰਿਹਾ ਉਹ ਭੱਜ ਰਹੀ ਹੈ, ਨੱਸ ਰਹੀ ਹੈ, ਇੱਜ਼ਤ ਬਚਾ ਰਹੀ ਹੈ ਕਿ ਜਦੋਂ ਅਫਜ਼ਾਲ ਅਹਿਮਦ ਆ ਜਾਂਦਾ ਬੂਹਾ ਖੁੱਲ ਜਾਂਦਾ। ਕਮਾਲ ਯਾਰ ਸੀਨ, ਕਮਾਲ ਯਾਰ ਸੀਨ ਹੈ। ਤੇ ਸੋਹਣਿਓ ਅਫਜ਼ਾਲ ਅਹਿਮਦ ਉੱਥੇ ਵੇਖ ਕੇ ਨਾ ਸਾਰਾ ਮੰਜ਼ਰ ਐਸਾ ਡਾਇਲੋਗ ਬੋਲਦਾ ਕਿ ਮੈਂ ਕਹਿੰਦਾ ਨਾਸਰਦੀਪ ਨੇ ਕੀ ਸ਼ਾਨਦਾਰੀ ਵਾਲੇ ਪਹਿਲੀ ਫਿਲਮ ਹੀ ਲਿਖ ਕੇ ਅੱਜ ਤੱਕ ਉਹ ਬੰਦਾ ਜਿਹੜਾ ਨਾ ਸੁਪਰ ਹਿੱਟ ਸੁਪਰ ਸਟਾਰ ਹੈ, ਦੁਨੀਆ ਦਾ ਬਿਹਤਰੀਨ ਰਾਈਟਰ, ਐਸੇ ਐਸੇ ਉਹਨੇ ਜਨਾਬ ਵਾਲੀ ਲਾਈਨਾਂ ਲਿਖ ਦਿੱਤੀਆਂ। ਫਿਰ ਡਾਇਰੈਕਟਰ ਹਸਨ ਅਸਕਰੀ ਜਿਹੜਾ ਕਿ ਏਸ਼ੀਆ ਦਾ ਕਿਹਾ ਜਾਂਦਾ ਬਕੌਲ ਨਾਸਰਦੀਪ ਦੇ ਕਿ ਉਹ ਵੱਡਾ ਡਾਇਰੈਕਟਰ ਹੈ, ਉੱਥੇ ਵਾਲਾ ਨਾਸਰ ਅਦੀਬ ਦਾ ਲਿਖਿਆ ਮਕਾਲਮਾ ਅਫਜ਼ਾਲ ਅਹਿਮਦ ਕੀ ਆਉਂਦਾ ਸੁਲਤਾਨ ਰਾਈ ਨੂੰ ਸਾਰਾ ਕੁਝ ਵੇਖ ਕੇ। ਓਏ ਤੂੰ ਤੇ ਉਹ ਜੱਟ ਸੈ ਜਿਹਨੂੰ ਦੂਰੋਂ ਆਉਂਦਿਆਂ ਵੇਖ ਕੇ ਜਵਾਨ ਕੁੜੀਆਂ ਸਿਰ ਕੱਜ ਕੇ ਰੁੱਖਾਂ ਦੇ ਓਹਲੇ ਹੋ ਜਾਂਦੀਆਂ ਸਨ। ਆਏ ਹਾਏ ਯਾਰ, ਕਦੀ ਆ ਫਿਲਮ ਦੇ ਵਿੱਚ ਤੁਸੀਂ ਡਾਇਲੋਗ ਵੇਖੋ ਨਾ ਬਹਿਜਾ ਬਹਿਜਾ ਹੋ ਜਾਏਗੀ। ਅੱਗੋਂ ਮੌਲਾ ਕਹਿੰਦਾ ਓਏ ਸਾਡਾ ਖੜਾਕ ਅੱਜ ਵੀ ਉਸੇ ਤਰ੍ਹਾਂ ਹੀ ਹੈ। ਅੱਗੋਂ ਰੋਸ਼ਨ ਕੀ ਆਉਂਦਾ ਵਾਲਾ ਓਏ ਹੁਣ ਤੇ ਉਹ ਜੱਟ ਹੀ ਨਿਰਿਆ ਮੂਰਖਾ, ਮੈਨੂੰ ਤੇ ਪਹਿਲਾਂ ਹੀ ਡਰ ਸੀ, ਵੈਰ ਦੀ ਇਹ ਸੱਗ ਨੇ ਤੈਨੂੰ ਨਾ ਵੀ ਸਾੜਿਆ ਤੇ ਤੇਰੀ ਗੈਰਤ ਸੜ ਕੇ ਜ਼ਰੂਰ ਸਵਾਹ ਹੋ ਜਾਏਗੀ, ਤੇ ਇੱਕ ਦਿਨ ਤੂੰ ਸਿਰਾਂ ਨਾਲ ਨਹੀਂ ਇੱਜ਼ਤਾਂ ਨਾਲ ਖੇਡੇਗਾ। ਉਹ ਸਾਰਾ ਕੁਝ ਵੇਖ ਕੇ ਕਹਿ ਰਿਹਾ ਹਨ। ਤੇ ਗਮੌਲਾ ਕਹਿੰਦਾ ਓਏ ਬੱਕ ਨਹੀਂ ਹੈ, ਇਹ ਰਾਜੂ ਦੀ ਭੈਣ ਹੈ ਤੇ ਰਾਜੂ ਸਾਡਾ ਦੁਸ਼ਮਣ ਹੈ। ਇਹ ਗੱਲ ਆ ਗਈ ਨਾ ਜਿਹੜੀ ਸਟਾਰਟ ਤੇ ਮੈਂ ਆਖੀ। ਹੁਣ ਇੱਥੇ ਵੇਖਿਓ ਤੁਸੀਂ ਅਫਜ਼ਾਲ ਅਹਿਮਦ ਕੀ ਡਾਇਲੋਗ ਬੋਲਦਾ। ਸਲਾਮ ਹੈ ਮੇਰੇ ਵੱਲੋਂ ਯਾਰ ਨਾਸਰ ਅਦੀਬ ਨੂੰ, ਤੇ ਸਲਾਮ ਹੈ ਉਹ ਜਿਹੜਾ ਬੰਦਾ ਫੌਤ ਹੋ ਗਿਆ ਅਫਜ਼ਾਲ ਅਹਿਮਦ ਚਿੱਟਾ, ਤੇ ਸੁਲਤਾਨ ਰੇਲਾ ਦੋਨਾਂ ਦੇ ਦਰਜਾਤ ਬੁਲੰਦ ਫਰਮਾਏ। ਕੀ ਆਉਂਦਾ ਵਾਲਾ ਰੋਸ਼ਨ ਉੱਥੇ ਅਫਜ਼ਾਲ ਅਹਿਮਦ, ਓਏ ਭੈਣ ਭਾਵੇਂ ਦੁਸ਼ਮਣ ਦੀ ਵੀ ਹੋਵੇ ਇੱਜ਼ਤ ਹੁੰਦੀ ਹੈ। ਆਏ ਹਾਏ ਕੀ ਯਾਰ ਅਖੀਰ ਗੱਲ ਕਰ ਦਿੱਤੀ।
ਤੇ ਅੱਜ ਦੇ ਯਕੀਨ ਕਰੋ ਬਦਮਾਸ਼ ਜਿਹੜੇ ਨੇ ਉਹ ਖੇਡਦੇ ਇੱਜ਼ਤਾਂ ਨਾਲ ਨੇ। ਉਹਨਾਂ ਨੇ ਸਭ ਤੋਂ ਪਹਿਲੇ ਇੱਜ਼ਤ ਲੁੱਟੋ ਹਾਂ, ਬਾਕੀ ਗੱਲਾਂ ਫੇਰ ਸੀ। ਅੱਗੋਂ ਆਉਂਦਾ ਅੱਖਾਂ ਨੀਵੀਆਂ ਕਰ ਜੱਟਾ, ਇਹ ਹੁਣ ਰਾਜੂ ਦੀ ਨਹੀਂ ਰੋਸ਼ਨ ਦੀ ਭੈਣ ਹੈ। ਤੇ ਅਫਜ਼ਾਲ ਅਹਿਮਦ ਕਿਉਂਕਿ ਅੱਗੇ ਹੋ ਗਿਆ ਉਹਦੇ ਗਜ਼ਾਲਾ ਦੇ, ਤੇ ਗਜ਼ਾਲਾ ਚੁੱਪ ਪਿੱਛੇ ਖਲੋਤੀ ਹੈ। ਦੂਜੇ ਪਾਸੇ ਮੌਲੇ ਜੱਟ ਨੇ ਸੁਲਤਾਨ ਰੇ ਨੇ ਗੰਡਾਸਾ ਇਸ ਤਰ੍ਹਾਂ ਕੀਤਾ, ਜਦੋਂ ਡੱਕ ਰਿਹਾ ਨਾ ਤਾਂ ਉਹ ਫਿਰ ਕਹਿੰਦਾ ਮਾਰ ਓਏ ਮੌਲਿਆ। ਮੌਲੇ ਨੂੰ ਚੜਦਾ ਗੁੱਸਾ, ਉਹ ਕਹਿੰਦਾ ਰੋਸ਼ਨਾ, ਯਾਨੀ ਕਿ ਉਹ ਜਿਹੜਾ ਹੁੰਦਾ ਰੋਸ਼ਨ ਅਫਜ਼ਾਲ, ਉਹ ਗਜ਼ਾਲਾ ਦੇ ਅੱਗੇ ਆ ਗਿਆ ਹੁੰਦਾ ਮਲਕਾਣੀ ਦੇ ਕਿ ਮੈਂ ਇਹਨੂੰ ਨਹੀਂ ਮਾਰਨ ਦੇਣਾ ਤੈਨੂੰ। ਉਹ ਆਂਦਾ ਕਿ ਮੇਰਾ ਯਾਰ ਪਿਛਾ ਹਟੇ ਤੇ ਮੈਂ ਇਹਨੂੰ ਮਾਰਾਂ। ਉਹਨੂੰ ਬਥੇਰਾ ਕਹਿੰਦਾ ਅੱਗੋਂ ਪਰਾਂ ਹਟ ਜਾ। ਉਹ ਆਂਦਾ ਰੋਸ਼ਨ ਕਹਿੰਦਾ ਅੱਜ ਮੈਂ ਪਰੇ ਨਹੀਂ ਹਟਣਾ। ਤੇ ਕੀ ਆਂਦਾ ਵਾਲਾ ਕਿ ਭੈਣ ਦਾ ਸਿਰ ਤੇ ਕੰਜਰ ਵੀ ਨਹੀਂ ਲੈਣ ਦਿੰਦੇ, ਮੈਂ ਤੇ ਫਿਰ ਮੌਲੇ ਦਾ ਯਾਰ ਆ, ਉਹ ਰੋਸ਼ਨ ਕਹਿ ਰਿਹਾ। ਮਾਰ ਗੰਡਾਸਾ ਹੋਏ ਰੋਸ਼ਨ, ਬਾਰ ਬਾਰ ਉਹਨੂੰ ਕਹਿੰਦਾ ਭੈ ਅੱਜ ਗੁੱਸਾ ਲਾ ਦਿਆ ਤੂੰ। ਉਹ ਫਿਰ ਗੁੱਸੇ ਨਾਲ ਕੀ ਆਂਦਾ ਕਿ ਮੇਰਾ ਯਾਰ ਲਿਆਦਾ ਗੰਡਾਸਾ ਮਾਰਦਾ, ਲੇਕਿਨ ਦੂਜੇ ਪਾਸੇ ਮਾਰ ਦਿੰਦਾ, ਉਹਨਾਂ ਨੂੰ ਨਹੀਂ ਮਾਰਦਾ। ਤੇ ਉਹਨੂੰ ਫਿਰ ਕਹਿੰਦਾ ਦਫਾ ਹੋ ਜਾ ਇਹਨੂੰ ਲੈ ਕੇ ਆਪਣੀ ਭੈਣ ਨੂੰ ਮੇਰੀ ਨਜ਼ਰਾਂ ਤੋਂ ਸਾਹਮਣੇ। ਅੱਗੋਂ ਕੀ ਆਂਦਾ ਵਾਲਾ ਰੋਸ਼ਨ ਫਿਰ ਅਫਜ਼ਾਲ ਅਹਿਮਦ ਸਦਕੇ ਫਿਰ ਨਾਸਰ ਅਦੀਬ ਦੇ, ਜਦੋਂ ਮੌਲਾ ਜੱਟ ਨੂੰ ਕਹਿੰਦਾ ਨਾ ਦਫਾ ਹੋ ਜਾ ਲੈ ਜਾ ਆਪਣੀ ਭੈਣ ਨੂੰ ਇੱਥੋਂ, ਅਫਜ਼ਾਲ ਅਹਿਮਦ ਅੱਗੇ ਬੋਲਦਾ ਤੂੰ ਕੀ ਜਾਣੇ ਬੂਹੇ ਤੇ ਆਈ ਭੈਣ ਨੂੰ ਕਿਸ ਤਰ੍ਹਾਂ ਟੋਰੀਦਾ, ਤਾਂ ਹੀ ਤੇ ਤੇਰੇ ਵਰਗੇ ਕਮਜ਼ਾਤਾਂ ਨੂੰ ਰੱਬ ਭੈਣਾ ਨਹੀਂ ਦਿੰਦਾ। ਓਏ ਹੋਏ ਹੋਏ, ਉਹ ਜਦੋਂ ਰੋਸ਼ਨ ਜਿਹੜਾ ਨਾ ਉਹ ਗਜ਼ਾਲਾ ਨੂੰ ਮਲਕਾਣੀ ਨੂੰ ਲੈ ਕੇ ਟੁਰਦਾ ਨਾ ਬੂਹੇ ਵੱਲ ਨੂੰ, ਤੇ ਉਹਦਾ ਕਿਉਂਕਿ ਸਿਰ ਨੰਗਾ ਹੁੰਦਾ ਲੀੜਾ ਲੈ ਕੇ ਆਉਂਦਾ, ਲਿਆਜ਼ਾ ਸੁਲਤਾਨ ਰੇ ਫਿਰ ਆਪਣੇ ਮੋਢੇ ਤੇ ਚਾਦਰ ਲਾ ਕੇ ਸੁੱਟਦਾ, ਕਹਿੰਦਾ ਰੋਸ਼ਨਾ ਜੇ ਤੇਰੀ ਭੈਣ ਹੈ ਤੇ ਫਿਰ ਮੇਰੀ ਵੀ ਭੈਣ ਹੈ, ਆਲਾ ਦਾ ਸਿਰ ਕੱਜ ਨੰਗੇ ਸਿਰ ਬਾਹਰ ਨਾ ਲੈ ਕੇ ਜਾਈ ਤੇ ਜਾ ਉਹਨੇ ਤੇ ਪਿੰਡ ਛੱਡਿਆ। ਉੱਥੇ ਫਿਰ ਅਫਜ਼ਾਲ ਅਹਿਮਦ ਜਿਹੜਾ ਖੁਸ਼ ਹੋ ਜਾਂਦਾ, ਕਹਿੰਦਾ ਯਾਰ ਮੈਂ ਵੀ ਆਖਾਂ ਕਿ ਚੌਰੀ ਰਹਿਮਤ ਦਾ ਖੂਨ ਜਿਹੜਾ ਇੰਨਾ ਵੀ ਭੈੜਾ ਨਹੀਂ ਹੋ ਸਕਦਾ, ਬੋਲਿਆ ਕਿ ਨਹੀਂ ਅਜੇ ਤੀਕਰ, ਲਿਹਾਜ਼ਾ ਇਹ ਸੀਨ ਜਿਹੜਾ ਨਾ ਉਹ ਫਿਰ ਲੈ ਕੇ ਟੁਰ ਜਾਂਦਾ ਉਹਨੂੰ। ਮੈਂ ਕਹਿੰਦਾ ਵਾ ਕਿ ਲੂ ਕੰਡੇ ਖਲੋ ਜਾਂਦੇ ਨੇ, ਐਸਾ ਖੂਬਸੂਰਤ ਸੀਨ, ਮੇਰਾ ਬਿਹਤਰੀਨ ਤੋਂ ਬਿਹਤਰੀਨ ਅਗਰ ਕਿਸੇ ਸੁਲਤਾਨ ਰਾਏ ਫਿਲਮ ਦੀ, ਰਾਏ ਸਾਹਿਬ ਦੀ ਕਿਸੇ ਫਿਲਮ ਦਾ ਕੋਈ ਸੀਨ ਕਹੇ ਨਾ ਤੇ ਇਹੋ ਹੀ ਸੀਨ ਹੈ। 1975 ਦੀ ਫਿਲਮ ਹੈ ਜੀ ਵੈਸ਼ੀ ਜੱਟ, ਜਿਹਦੇ ਵਿੱਚ ਹੀਰੋ ਦਾ ਰੋਲ ਟਾਈਟਲ ਰੋਲ ਕੀਤਾ ਸੁਲਤਾਨ ਰਾਏ ਨੇ ਮੌਲੇ ਜੱਟ ਦਾ, ਤੇ ਅਫਜ਼ਾਲ ਚਿੱਟੇ ਨੇ ਉਹਨਾਂ ਦੇ ਯਾਰ ਦਾ ਰੋਲ ਕੀਤਾ ਰੋਸ਼ਨ ਦਾ, ਤੇ ਗਜ਼ਾਲਾ ਜਿਹੜੀ ਉਹਨਾਂ ਦੀ ਦੁਸ਼ਮਣ ਦਾ ਉਹਨੇ ਰੋਲ ਕੀਤਾ ਮਲਕਾਣੀ ਦਾ, ਫਿਰ ਉਹਦੇ ਵਿੱਚ ਜਿਹੜਾ ਬਾਲਾ ਗਾਡੀ ਹੁੰਦਾ ਉਹਦਾ ਰੋਲ ਕੀਤਾ ਹੈ ਜੀ, ਜਿਹੜਾ ਮਲਕਾਣੀ ਨਾਲ ਜਿਹੜਾ ਨਾ ਉਹ ਪਿਆਰ ਕਰਦਾ ਹੈ ਆਪਣਾ ਇਕਬਾਲ ਹਸਨ, ਤੇ ਮੁੱਖੋ ਜੱਟੀ ਹੈ ਜਿਹੜੀ ਉਹ ਆਸੀਆ ਨੇ ਰੋਲ ਕੀਤਾ ਹੈ। ਬੜੀ ਜ਼ਬਰਦਸਤ ਕਿਸਮ ਦੀ ਮੂਵੀ ਹੈ, ਇਹੋ ਹੀ ਫਿਲਮ ਸੀ ਜਿਹਨੂੰ ਕਿ ਟ੍ਰੈਂਡ ਸੈਟਰ ਕਹਿੰਦੇ ਨੇ, ਕਿ ਜਿਹਨੇ ਟ੍ਰੈਂਡ ਜਿਹੜਾ ਇੱਕ ਨਵਾਂ ਟ੍ਰੈਂਡ ਬਣਾ ਦਿੱਤਾ ਪਾਕਿਸਤਾਨ ਫਿਲਮ ਇੰਡਸਟਰੀ ਵਿੱਚ, ਕਿ ਜਿੱਥੋਂ ਚੱਲ ਸੋ ਚੱਲ ਫਿਰ ਅੱਜ ਤੱਕ ਉਸ ਤਰ੍ਹਾਂ ਦੀਆਂ ਐਕਸ਼ਨ ਮੂਵੀਆਂ ਉਹ ਗੰਡਾਸੇ ਤੇ ਲਾਚੇ ਕੁਰਤੇ ਵਾਲੀਆਂ ਬਣ ਰਹੀਆਂ ਨੇ, ਹਾਈ ਪਿੱਚ ਤੇ ਬੋਲਣ ਵਾਲੀਆਂ, ਯਾਨੀ ਕਿ ਉੱਚਾ ਬੋਲਣ ਵਾਲੀਆਂ, ਕਮਾਲ ਡਾਇਲੋਗ ਯਾਰ ਨਾਸਰ ਅਦੀਬ। ਤੁਸੀਂ ਜ਼ਰੂਰ ਵੇਖੋ ਫਿਲਮ, ਯੂਟਿਊਬ ਤੇ ਪਈ ਹੈ, ਜੇ ਸਵਾਦ ਨਾ ਆਏ ਤਾਂ ਫਿਰ ਤੁਸੀਂ ਗੱਲ ਕਰਨਾ। ਉਮੀਦ ਕਰਾਂਗਾ ਤੁਹਾਨੂੰ ਵੀਡੀਓ ਪਸੰਦ ਆਈ, ਆਪਣਾ ਬਹੁਤ ਸਾਰਾ ਖਿਆਲ ਰੱਖੋ, ਅੱਲਾ ਬੇਲੀ।